मैं डॉक्टर गुरप्रीत राय सिविल सर्जन तरन तारण आम आदमी क्लिनिक बारे ये जानकारी देना चाहुंदा हाँ कि अपने जिले में मिती 15-8-23 में फेज एक विच दो आम आदमी क्लिनिक खालड़ा ते बस के खोले गए सन अते फेज टू विच मिती 27-23 में 11 आम आदमी क्लिनिका का उद्घाटन किया गया। इस तो अलावा एक होर आम आदमी क्लिनिक चोला साहब विखे खोलिया गया है। ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 14 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਜਿਨ੍ਹਾਂ ਵਿੱਚ ਹੁਣ ਤੱਕ ਓ ਪੀ ਡੀ 71,441 ਅਤੇ ਲੈਬ ਟੈਸਟ 17,792 ਹੋ ਚੁੱਕੇ ਹਨ ਅਤੇ ਫੇਜ਼ 3 ਦੇ ਪ੍ਰੋਜੈਕਟ ਵਿੱਚ ਬਾਕੀ ਅਨਸੇਫ ਘੋਸ਼ਿਤ ਕੀਤੀਆਂ ਗਈਆਂ ਬਿਲਡਿੰਗਾਂ ਵਿੱਚ ਨਵੇਂ ਸਿਰੇ ਤੋਂ ਆਮ ਆਦਮੀ ਕਲੀਨਿਕ ਬਣਾਏ ਜਾਣਗੇ। ਇਹ ਕਲੀਨਿਕ ਹੇਠ ਲਿਖੀ ਸੈਂਟਰਾਂ ਵਿੱਚ ਖੋਲ੍ਹੇ ਗਏ ਹਨ ਜਿਸ ਨਾਲ ਆਮ ਆਦਮੀ ਜਨਤਾ ਨੂੰ ਚੰਗੀਆਂ ਅਤੇ ਮਿਆਰੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਕਲੀਨਿਕਾਂ ਵਿੱਚ ਫ੍ਰੀ ਟੈਸਟ 51 ਤਰ੍ਹਾਂ ਦੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਹੇਠ ਲਿਖੀਆਂ ਜਗ੍ਹਾ 'ਤੇ ਚੱਲ ਰਹੇ ਹਨ UPSC ਮੁਰਾਦਪੁਰਾ ਖਾਲੜਾ ਬਾਸਰ ਕੇ ਗੋਇੰਦਵਾਲ ਸਾਹਿਬ ਫਤਿਹਾਬਾਦ ਸਾਹਿਬ ਡੇਰਾ ਸਾਹਿਬ ਚੋਲਾ ਸਾਹਿਬ ਅਲਗੋਂ ਕੋਠੀ ਕਿਰਤੋਵਾਲ ਸਭਰਾਮ ਪੰਡੂਰੀ ਰਣ ਸਿੰਘ ਡਾਲੇਕੇ ਉਲਟੋਆ ਅਤੇ ਸਰਾਏ ਮੰਦ ਖਾਂ। ਮੈਂ ਸਿਵਲ ਤਰਨਤਾਰਨ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਸੈਂਟਰਾਂ ਕਲੀਨਿਕਾਂ 'ਤੇ ਵੱਧ ਤੋਂ ਵੱਧ ਫਾਇਦਾ ਉਠਾਓ ਅਤੇ ਜੇ ਕੋਈ ਕਮੀ ਪਾਈ ਜਾਂਦੀ ਹੈ ਸੁਝਾਅ ਦਿਓ। ਜੈ ਹਿੰਦ।